ਹਵੇਲੀ ਦੇ ਵਿੱਚ ਹੁਣ ਵੀ ਉਨਾ ਹੀ ਇਕੱਠ ਹੁੰਦਾ ਜਿੰਨਾ ਸਿੱਧੂ ਦੇ ਟਾਈਮ ਹੁੰਦਾ ਸੀ ਸਿੱਧੂ ਦੇ ਪਿਤਾ ਇਹ ਵੀ ਜ਼ਿਕਰ ਕਰਦੇ ਕਿ ਮੇਰੇ ਉਹ ਵੀ ਟਾਈਮ ਹੈ ਮੇਰੇ ਪੁੱਤ ਨੇ ਨਾ 10-10 ਹਜ਼ਾਰ ਚ ਲੋਕਾਂ ਦੇ ਗਾਣੇ ਕਰਵਾਏ ਹੋਏ ਐ ਇਸ ਗਾਣੇ ਨੂੰ ਕਿਸੇ ਪ੍ਰੋਮੋਸ਼ਨ ਦੀ ਵੀ ਲੋੜ ਨਹੀਂ ਪਈ ਪਿਤਾ ਨੇ ਸਿਰਫ ਇੱਕ ਵਾਰੀ ਮੂੰਹੋਂ ਕਿਹਾ ਕਿ ਮੇਰੇ ਪੁੱਤ ਦਾ ਨਵੰਬਰ ਦੇ ਪਹਿਲੇ 2 ਹਫ਼ਤਿਆਂ ਦੇ ਵਿੱਚ ਗਾਣਾ ਆ ਰਿਹਾ ਉਦੋਂ ਤੋਂ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੋ ਗਿਆ ਸੀ ਸ਼ੁਰੂ ਔਰ ਸ਼ਾਇਦ ਉਦੋਂ ਤੋਂ ਹੀ ਇੰਡਸਟਰੀ ਦੇ ਬਹੁਤ ਸਾਰੇ ਲੋਕਾਂ ਨੇ ਆਪਣੇ ਗਾਣਿਆਂ ਦੀਆਂ ਡੇਟਾ ਜਿਹੜੀਆਂ ਅੱਗੇ ਉਹ ਕਰਨੀਆਂ ਉਹ ਸ਼ੁਰੂ ਕਰ ਦਿੱਤੀਆਂ ਸੀ ਅਪ੍ਰਿੰਕਾ ਇਹ ਇਹੀ ਇਹੀ ਗੱਲ ਆ ਕਿ ਆ ਆਰਟਿਸਟ ਉਹੀ ਹੁੰਦਾ ਜਿਹਨੂੰ ਕੋਈ ਬਹੁਤ ਮਹਿੰਗੇ ਮਾਡਲਾਂ ਦੀ ਲੋੜ ਨਹੀਂ ਜਿਹਨੂੰ ਕੋਈ ਬਹੁਤ ਮਹਿੰਗੇ ਜਿਹੜੇ ਵੀਡੀਓ ਡਾਇਰੈਕਟਰਾਂ ਦੀ ਲੋੜ ਨਹੀਂ ਇਹ ਤਾਂ ਇਹ ਇੱਕ ਅੱਧੇ ਆਰਟਿਸਟ ਦਾ ਵਿਚਾਰੇ ਐਸੀ ਚੀਜ਼ ਹੀ ਮਾਰੇ ਜਾਂਦੇ ਆ ਕਰਜ਼ਾਈ ਹੋ ਜਾਂਦੇ ਆ ਜ਼ਮੀਨਾਂ ਵੇਚ-ਵੇਚ ਗੀਤ ਕਰਦੇ ਆ ਔਰ ਇਹ ਪਿਰਤ ਸਿੱਧੂ ਮੂਸੇਵਾਲਾ ਨੇ ਪਾਈ ਕਿ ਮੋਬਾਈਲ ਤੇ ਹੀ ਵੀਡੀਓ ਰਿਕਾਰਡ ਕਰਕੇ ਤੁਸੀਂ ਪਾ ਦਿਓ ਜਾਂ ਮੋਬਾਈਲ ਤੇ ਤੁਸੀਂ ਉਹ ਰਿਕਾਰਡ ਕਰ ਲਓ Song ਜੇ ਉਹਦੇ ਵਿੱਚ ਦਮ ਹੈਗਾ ਤਾਂ ਚੱਲੂਗਾ ਤੁਸੀਂ ਜਿਹੜਾ ਮੁੰਡਾ ਵਾ ਸ਼ੂਟਰ ਕਾਹ ਲੋ ਉਹਦੇ ਨਾਲ ਸਿੱਧੂ ਮੂਸੇਵਾਲਾ ਦੀ ਇੱਕ ਵਾਇਸ ਵੀ ਹੋਈ ਹੋਈ ਆ ਲੀਕ ਇਹਦੇ ਵਿੱਚ ਉਹਨੂੰ ਕਹਿ ਰਿਹਾ ਜਿਹੜਾ ਗੀਤ ਸੀਗਾ ਕੇ ਜਦੋਂ ਸਾਡਾ ਟਾਈਮ ਆਏ ਨਜ਼ਰ ਰੱਖਿਓ ਜਿਹਦੇ ਵਿੱਚ ਸਾਰਾ ਹਵੇਲੀ ਦਾ ਸੀਕੁਐਂਸ ਆਸਦਾ ਉਹ ਸਮਝਾ ਰਿਹਾ ਤੂੰ ਸਾਈਕਲ ਤੇ ਆਏਗਾ ਕਿੰਨਾ ਬੇਸਿਕ ਜਿਹਾ ਵੀਡੀਓ ਆ ਜਾਂ ਡਾਕਟਰ ਵੀਡੀਓ ਆ ਇਹ ਇਹ ਵੀ ਗੱਲ ਔਨ ਰਿਕਾਰਡ ਆ ਇਹ ਡਾਇਰੈਕਟਰ ਕਹਿੰਦੇ ਨੇ ਕਹਿੰਦੇ ਸਿੱਧੂ ਮੂਸੇਵਾਲਾ ਮੇਕਅਪ ਨਹੀਂ ਕਰਦਾ ਹੁੰਦਾ ਸੀਗਾ ਉਹ ਕਹਿੰਦਾ ਕੋਈ ਗੱਲ ਨਹੀਂ ਜਿਵੇਂ ਦੇ ਹੈਗੇ ਓਵੇਂ ਜਿਵੇਂ ਦੇ ਖੇਤਾਂ 'ਚ ਓਵੇਂ ਦੇ ਗੀਤ ਚੱਲੂਗਾ ਇਹ ਵੱਡੀ ਗੱਲ ਇਹੀ ਆ ਕਿ ਜਿਹਦੇ ਲਿਰਿਕਸ ਦੇ ਵਿੱਚ ਜਾਨ ਆ ਨਾ ਉਹੀ ਚੱਲੂਗਾ ਚਮਕੀਲਾ ਸਾਹਿਬ ਹੋਰਾਂ ਦੇ ਗੀਤ ਅੱਜ ਤੋਂ ਕਿੰਨੇ ਸਾਲ ਹੋ ਗਏ ਔਰ ਰਿਕਾਰਡ ਆਰਟਿਸਟ ਆ ਜਿਹਦੇ ਸਭ ਤੋਂ ਵੱਧ ਉਹਦੇ ਜਿਹੜੇ ਆ ਰਿਕਾਰਡ ਆਪਣੀਆਂ ਕੈਸਟਾਂ ਵਿਕੀਆਂ ਨੇ ਜਾਂ ਉਦੋਂ ਜਦੋਂ ਤਮਿਆਂ ਦਾ ਜ਼ਮਾਨਾ ਹੁੰਦਾ ਸੀ ਵੀ ਕਿ ਇਮਤੀਆਜ਼ ਅਲੀ ਹੋਰੀ ਉਹਨਾਂ ਤੇ ਫਿਲਮ ਵੀ ਬਣਾ ਰਿਆ ਮਤਲਬ ਆਰਟਿਸਟਾਂ ਦੇਖੋ ਇਹ ਹੁੰਦੇ ਨੇ ਆਪਣੇ ਮਨੋਂ ਤੁਸੀਂ ਕਹੀ ਜਾਣਾ ਕਿ ਮੇਰੇ ਗੀਤੇ ਰੀਲਾਂ ਬਣਾਓ ਤੁਸੀਂ ਸ਼ੇਅਰ ਕਰ ਦੋਗੇ ਉਹ ਉਹ ਚੀਜ਼ਾਂ ਦੇਖੋ ਠੀਕ ਆ ਉਹ ਵੀ ਜਿਹਨੂੰ ਵਧੀਆ ਲੱਗਦੀ ਆ ਤਾਂ ਵਧੀਆ ਉਹ ਹਲਕੀਆਂ ਚੀਜ਼ਾਂ ਨੇ ਪਰ ਟਰੂ ਆਰਟਿਸਟ ਸੀਗਾ ਸਿੱਧੂ ਔਰ ਉਹਦਾ ਅੱਜ ਤਸਦੀਕ ਅੱਜ ਫੇਰ ਹੋ ਗਿਆ ਪੰਜਵਾਂ ਗੀਤ ਆਇਆ ਅਜੇ ਉਹਦੇ ਫਾਜ਼ਲ ਸਾਹਿਬ ਕਹਿੰਦੇ 10 ਸਾਲ ਤੱਕ ਪੂਰੀ ਤਰ੍ਹਾਂ ਜਿੰਦ ਦਿਹੋ ਤੱਕ ਮੈਂ ਹੈਗਾ ਜੂੰਦਾ ਰੱਖਾਂਗੇ ਪਰ ਮੈਨੂੰ ਲੱਗਦਾ ਕਿ ਆ ਉਹਨਾਂ ਦੇ ਪੇਰੈਂਟਸ ਨੂੰ ਵੀ ਇਸ ਚੀਜ਼ ਦੇ ਲਈ ਮਤਲਬ ਪੱਕੇ ਹੋ ਜਾਣਾ ਚਾਹੀਦਾ ਕਿ ਸਾਡਾ ਮੁੰਡਾ ਅਮਰ ਹੋ ਗਿਆ ਇਸ ਫੀਲਡ ਦਾ ਵੈ ਤਾਂ ਲਿਖ ਗਿਆ ਸੀਗਾ ਬਹੁਤ ਆਈਆਂ ਜੱਗ ਤੇ ਆਵਾਜ਼ਾਂ ਸੀ ਮੂਸੀ ਆਲਾ ਜੂੰਦਾ ਹੀ ਅਮਰ ਹੋ ਗਿਆ ਔਰ ਉਹ ਸੱਚ ਸੀਗੀਆਂ ਗੱਲਾਂ ਪਰ ਤੁਸੀਂ ਇਹ ਇਹ ਚੀਜ਼ ਇਹਨੂੰ ਵਿਜ਼ੂਅਲਾਈਜ਼ ਕਰੋ ਸਿੱਧੂ ਵੱਟ ਜੂੰਦਾ ਹੁੰਦਾ ਇਹ ਗੀਤ ਦੀ ਵੀਡੀਓ ਦੇ ਵਿੱਚ ਹੁੰਦਾ ਤਾਂ ਇਹਦੇ ਲਿਰਿਕਸ ਦਾ ਇੰਪੈਕਟ ਕਿੰਨਾ ਪੈਂਦਾ ਸਿੱਧਮ ਸਿੱਧੇ ਤੌਰ ਤੇ ਉਹ ਕਹਿ ਰਿਹਾ ਕਿ ਨੇਫੇ ਦੇ ਵਿੱਚ ਦਿਖਾਉਣ ਨੂੰ ਨਹੀਂ ਟੰਗਿਆ ਜੇ ਜੇ ਮੇਰੇ ਨਾਲ ਤੁਸੀਂ ਕੁਝ ਹੋਊਗਾ ਤਾਂ ਸਿੱਧੇ ਤੌਰ ਤੇ ਮੱਥੇ ਨੂੰ ਆਉਣਗੇ ਜੇ ਮੈਂ ਮਰ ਗਿਆ ਤਾਂ ਠੀਕ ਆ ਨਹੀਂ ਤਾਂ ਤੁਹਾਨੂੰ ਜੂਣ ਨਹੀਂ ਦਿੰਦਾ ਉਹੀ ਮਤਲਬ ਆਪਣੀ ਮੌਤ ਤੋਂ ਪਹਿਲਾਂ ਉਸਨੇ ਜਿੰਨੇ ਵੀ ਗਾਣੇ ਲਿਖੇ ਚਾਹੇ ਅਸੀਂ ਲਾਸਟ ਰਾਈਡ ਉਹਦਾ ਗਾਣਾ ਉਹਦੀ ਮੌਤ ਨਾਲ ਰਿਲੇਟ ਕਰਕੇ ਦੇਖਿਆ ਰਸ਼ੀਅਨ ਜਿਹੜਾ ਜੱਟ ਦੀ ਮਸ਼ੂਕ ਵੀ ਬਰਸ਼ੀਆ ਤੇ ਉਹ ਵੀ ਅਸੀਂ ਉਹਦੀ ਮੌਤ ਨਾਲ ਰਿਲੇਟ ਕਰਕੇ ਦੇਖਿਆ ਇਹ ਵੀ ਹੁਣ ਗਾਣਾ ਉਹਨੂੰ ਪਹਿਲੇ ਪਤਾ ਸੀ ਕਿ ਵੈਰੀ ਉਹਨੂੰ ਥਾਂ-ਥਾਂ ਲੱਭਦੇ ਫਿਰਦੇ ਉਹਨੇ ਇਹ ਵੀ ਚੀਜ਼ ਦੱਸੀ ਕਿ ਤੁਹਾਨੂੰ ਜ਼ਿਆਦਾ ਪਤਾ ਕਰਨ ਦੀ ਉਹ ਨਹੀਂ ਪੋਸਟਰ ਪਾ ਕੇ ਜਾਂਦਾ ਮੈਂ ਕਿਉਂਕਿ ਸਨੈਪ ਫੋਟੋ ਪਾਉਂਦਾ ਹੁੰਦਾ ਹਾਂ ਹਾਂ ਵੀ ਮੈਂ ਜਿੱਥੇ ਜਾਣਾ ਪਤਾ ਉਹੀ ਚੀਜ਼ ਹੋਈ ਜਦੋਂ ਘਰੋਂ ਬਾਹਰ ਨਿਕਲਿਆ ਜਦੋਂ ਕਤਲ ਵੀ ਹੋਣਾ ਸੀ ਉਦੋਂ ਵੀ ਉਹ ਆਮ ਹੀ ਆਮ ਜਿਹੇ ਤਰ ਪੰਘਾਂ ਹੋਈਆਂ ਸੀਗੀਆਂ ਤਾਂ ਜ਼ਿਆਦਾ ਸ਼ੋਅ ਆਫ ਨਹੀਂ ਸੀ ਜਿੱਥੇ ਉੱਥੇੋਂ ਜ਼ਿਆਦਾ ਲੁੱਕ ਬਚ ਕੇ ਨਹੀਂ ਰਹਿੰਦਾ ਸੀ ਉਹਨੂੰ ਸ਼ਾਇਦ ਪਤਾ ਸੀ ਕਿ ਇਦਾਂ ਦਾ ਕੁਝ ਹੋਊਗਾ ਪਰ ਮੈਂ ਡਰਨ ਵਾਲਿਆਂ ਦੇ ਵਿੱਚੋਂ ਨਹੀਂ ਐ ਪਰ ਜੇ ਅੱਜ ਉਹ ਜਿੰਦਾ ਹੁੰਦਾ ਤਾਂ ਸ਼ਾਮ ਨੂੰ ਸ਼ਾਇਦ ਬੋਤਿਆਂ ਨੂੰ 12 ਵਜੇ ਇਹ ਗਾਣਾ ਰੜਕ ਜਾਣਾ ਸੀ ਕਿ ਸਾਨੂੰ ਸ਼ਾਇਦ ਇਹ ਕਹਤਾਂ ਉਹਨੇ ਗਾਣੇ ਚਾਸਤਾ ਕਦੇ ਕਿਸੇ ਦਾ ਡਾਇਰੈਕਟ ਨਾਮ ਨਹੀਂ ਸੀ ਲਿਆ ਪਰ ਬਹੁਤਿਆਂ ਨੂੰ ਲੱਗਦਾ ਸੀ ਕਿ ਸਾਡੇ ਉੱਤੇ ਹੀ ਗਾਇਆ ਗਿਆ ਹੈਗਾ ਫਿਰ ਚੋਰ ਦੀ ਦਾੜੀ 'ਚ ਤਿਲਕੀ ਵਾਲੀ ਗੱਲ ਹੁੰਦੀ ਹੈ ਨਾ